ਹਾਂ ਭਾਈ ਅੱਜ ਦਾ ਦੱਸ ਦਿਓ ਨਾਲ ਹੀ ਪਾਈਟਾ ਕੀ ਅੱਜ ਕੀ ਕਰਿਆ ਸੀਗਾ 18-7 ਨੂੰ ਇੱਕ ਸਨੈਚਿੰਗ ਹੋਈ ਸੀ ਜਗਜੀਤ ਸਿੰਘ ਖਾਲਸਾ ਜੀ ਸਾਡੇ ਇੱਥੇ ਪੱਤਰਕਾਰ ਨੇ ਸਾਡੇ ਲੋਕਲ ਅਤੇ ਹਨੂੰਮਾਨ ਮੰਦਰ ਦੇ ਬਾਹਰ ਉਹ ਬੈਠ ਕੇ ਅਤੇ ਆਪਣੀ ਖਬਰ ਲਿਖ ਰਹੀ ਸੀ ਅਤੇ ਦੋ ਮੋਨੇ ਨੌਜਵਾਨ ਆਏ ਆ ਅਤੇ ਉਹਨਾਂ ਦਾ ਉੱਥੋਂ ਫੋਨ ਸਨੈਚ ਕਰਕੇ ਲੈ ਗਏ ਅਤੇ ਇਸ ਤਰ੍ਹਾਂ ਇਸ ਲੜੀ ਦੇ ਵਿੱਚ ਇੱਕ ਅਗਰ ਨੈਕਸਟ ਡੇ ਇਸ ਤਰ੍ਹਾਂ ਇਹਨਾਂ ਨਿਸ਼ਾਨ ਡੇਅਰੀ ਦੇ ਲਾਗੇ ਚੌਂਕੀ ਦੇ ਬੈਕ ਸਾਈਡ 'ਤੇ ਜੀ ਬੱਚਾ ਖੇਡ ਰਿਹਾ 10 ਸਾਲ ਦਾ ਉਹਦੇ 'ਚੋਂ ਵੀ ਦੋ ਮੁੰਡੇ ਸਪਲੈਂਡਰ ਮੋਟਰਸਾਈਕਲ 'ਤੇ ਆਏ ਅਤੇ ਉਹਦਾ ਫੋਨ ਖੋ ਕੇ ਲੈ ਗਏ ਅਤੇ ਕੱਲ੍ਹ ਸਾਨੂੰ ਇੱਕ ਸਟੀਕ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਆਧਾਰ 'ਤੇ ਅਸੀਂ ਬੰਦੇ ਅਰੈਸਟ ਕੀਤੇ ਸੀ ਜਿਹਨਾਂ ਕੋਲੋਂ ਦੋਵੇਂ ਖੋਸ ਦਾ ਦੋਵੇਂ ਮੋਬਾਈਲ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਵਾ ਅਤੇ ਦੋਸ਼ੀਆਂ ਦੀ ਸ਼ਨਾਖਤ ਕਰਾਈ ਹੈ। ਕੀ ਨਾਂ ਇਹਨਾਂ ਦੇ ਅਤੇ ਕਿੱਥੋਂ ਦੇ ਰਹਿਣ ਵਾਲੇ ਆ? ਇਹ ਇੱਕ ਦਾ ਨਾਂ ਹੈਗਾ ਮਨਪ੍ਰੀਤ ਸਿੰਘ ਉਰਫ ਮਨੀ ਅਤੇ ਦੂਜੇ ਦਾ ਨਾਂ ਹੈਗਾ ਰਾਹੁਲਦੀਪ ਸਿੰਘ ਉਰਫ ਰੋਡਾ, ਦੋਵੇਂ ਗੁਮਾਨਪੁਰੇ ਦੇ ਨੇ ਅਤੇ ਇਹ ਬਹੁਤ ਇਹਨਾਂ ਸਨੈਚਿੰਗ ਦੀਆਂ ਵਾਰਦਾਤਾਂ ਕੀਤੀਆਂ ਹੋਈਆਂ, ਹੋਰ ਵੀ ਇਹਨਾਂ ਸਾਡੇ ਕੋਲ ਮੰਨੀਆਂ, ਜਿਹਨਾਂ ਨੂੰ ਆਪਾਂ ਪੇਸ਼ ਅਦਾਲਤ ਕਰਕੇ ਅਤੇ ਇਹਨਾਂ ਦਾ ਰਿਮਾਂਡ ਲੈ ਕੇ ਅਤੇ ਹੋਰ ਢੰਗਾਈ ਨਾਲ ਕੋਸ਼ਿਸ਼ ਕਰਨੀ ਹੈ। ਨਹੀਂ, ਨਸ਼ੇ ਦੇ ਆਦੀ ਨਹੀਂ ਹੈਗੇ, ਵੈਸੇ ਹੀ ਛੋਟੀ ਉਮਰ ਦੇ ਹੈਗੇ ਨੇ, ਮਾੜੀ ਸੰਗਤ 'ਚ ਪੈ ਗਏ ਆ ਅਤੇ ਜਿਹੜੀ ਸਨੈਚਿੰਗ ਦੀ ਵਾਰਦਾਤਾਂ ਕਰ ਰਹੇ ਆ। ਨਹੀਂ, ਪਹਿਲਾਂ ਨਹੀਂ ਇਹਨਾਂ ਦੇ ਹੋਰ ਕੋਈ ਅਜੇ ਕੇਸ ਹੈਗਾ, ਇਹ ਪਹਿਲੀ ਵਾਰ ਫੜੇ ਗਏ ਨੇ। ਸਨੈਚਿੰਗ ਦੀ ਵਾਰਦਾਤਾਂ ਬਹੁਤ ਕੀਤੀਆਂ ਲੇਕਿਨ ਫੜੇ ਨਹੀਂ ਸੀਗੇ। ਹੁਣ ਇਹਨੂੰ ਕੋਰਟ 'ਚ ਪੇਸ਼ ਕਰਕੇ, ਮਾਨਯੋਗ ਅਦਾਲਤ 'ਤੇ ਪੇਸ਼ ਕਰਕੇ ਅਤੇ ਰਿਮਾਂਡ ਲੈ ਕੇ ਅਤੇ ਢੰਗਾਈ ਨਾਲ ਕੋਸ਼ਿਸ਼ ਕਰਕੇ ਹੋਰ ਜਿਹੜੀਆਂ ਕੀਤੀਆਂ ਵਾਰਦਾਤਾਂ ਦੇ ਹੋਰ ਰਿਕਵਰੀ ਕੀਤੀ ਜਾਏ।